हेलो दोस्तों, अज दी इस वीडियो दे विच आपां गल करांगे आईपीसी दे सैक्शन 279 दे बारे। दोस्तों आईपीसी दा सैक्शन 279 कहिंदा है कि जेकर कोई इंसान किसी गड्डी मोटरसाइकिल या किसी भी व्हीकल नूं लापरवाही नाल रैशली या नैगलीजेंटली ड्राइव करता है या किसी भी पब्लिक प्लेस मार्केट या फुटपाथ ते ओवर स्पीड ड्राइव करता है या किसी अजही रोड ते जिथे 50 किलोमीटर पर आवर स्पीड लिमिट लगी होवे पर तुसीं 100 किलोमीटर पर आवर ते ड्राइव करदे हो ਤਾਂ ਜੇਕਰ ਤੁਸੀਂ ਟ੍ਰੈਫਿਕ ਪੁਲਿਸ ਦੇ ਸਾਹਮਣੇ ਅਜਿਹਾ ਕਰਦੇ ਫੜੇ ਜਾਂਦੇ ਹੋ ਜਾਂ ਕੋਈ ਹੋਰ ਵਿਅਕਤੀ ਤੁਹਾਡੀ ਕੰਪਲੇਂਟ ਕਰਦਾ ਹੈ ਤਾਂ ਤੁਹਾਨੂੰ ਘੱਟੋ ਘੱਟ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ। ਜੀ ਹਾਂ ਦੋਸਤੋ, ਇੰਡੀਅਨ ਪੀਨਲ ਕੋਡ ਦੀ ਧਾਰਾ 279 ਦੇ ਅਨੁਸਾਰ ਜੇ ਕੋਈ ਵੀ ਵਿਅਕਤੀ ਕਿਸੇ ਵੀ ਜਨਤਕ ਰਸਤੇ ਤੇ ਕਿਸੇ ਵੀ ਵਾਹਨ, ਗੱਡੀ, ਸਕੂਟਰ ਜਾਂ ਮੋਟਰਸਾਈਕਲ ਨੂੰ ਕਾਲੀ ਜਾਂ ਲਾਪਰਵਾਹੀ ਨਾਲ ਚਲਾਉਂਦਾ ਹੈ ਜਿਸ ਨਾਲ ਕਿਸੇ ਮਨੁੱਖੀ ਜੀਵਨ ਨੂੰ ਖਤਰਾ ਹੋਵੇ ਜਾਂ ਕਿਸੇ ਹੋਰ ਵਿਅਕਤੀ ਨੂੰ ਸੱਟ ਲੱਗੇ ਜਾਂ ਸੱਟ ਲੱਗਣ ਦੀ ਸੰਭਾਵਨਾ ਹੋਵੇ ਤਾਂ ਅਜਿਹੀ ਅਣਗਹਿਲੀ ਕਰਨ ਵਾਲੇ ਵਿਅਕਤੀ ਨੂੰ ਕੈਦ ਦੀ ਸਜ਼ਾ ਜੋ ਕਿ 6 ਮਹੀਨਿਆਂ ਤੱਕ ਹੋ ਸਕਦੀ ਹੈ ਜਾਂ ਨਕਦ ਜੁਰਮਾਨਾ ਜੋ ਕਿ 1000 ਰੁਪਏ ਤੱਕ ਹੋ ਸਕਦਾ ਹੈ ਜਾਂ ਦੋਵਾਂ ਨਾਲ ਦੰਡਿਤ ਕੀਤਾ ਜਾ ਸਕਦਾ ਹੈ। ਦੋਸਤੋ ਧਾਰਾ 279 ਲਾਗੂ ਹੁੰਦੀ ਹੈ ਅਜਿਹੇ ਅਪਰਾਧ ਤੇ ਜਿਸ ਵਿੱਚ ਜਨਤਕ ਰਸਤੇ ਤੇ ਕਾਲੀ ਜਾਂ ਲਾਪਰਵਾਹੀ ਨਾਲ ਗੱਡੀ ਚਲਾਉਣਾ ਜਾਂ ਸਵਾਰੀ ਕਰਨਾ ਜਿਸ ਨਾਲ ਮਨੁੱਖੀ ਜੀਵਨ ਨੂੰ ਖਤਰਾ ਹੋਵੇ ਆਦਿ ਸ਼ਾਮਲ ਹੁੰਦਾ ਹੈ। ਗੱਡੀ ਚਲਾਉਂਦੇ ਸਮੇਂ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇੱਕ ਵੀ ਢਿੱਲ ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਸਕਦੀ ਹੈ। ਜਦੋਂ ਕੋਈ ਵੀ ਵਿਅਕਤੀ ਲਾਪਰਵਾਹੀ ਨਾਲ ਕੋਈ ਵਾਹਨ ਚਲਾਉਂਦਾ ਹੈ ਜਾਂ ਬਹੁਤ ਤੇਜ਼ ਰਫ਼ਤਾਰ ਨਾਲ ਕੋਈ ਗੱਡੀ, ਸਕੂਟਰ, ਮੋਟਰਸਾਈਕਲ ਚਲਾਉਂਦਾ ਹੈ ਜਿਸ ਨਾਲ ਕਿਸੇ ਵਿਅਕਤੀ ਨੂੰ ਸੱਟ ਲੱਗ ਸਕਦੀ ਹੈ ਜਾਂ ਕਿਸੇ ਵਿਅਕਤੀ ਨੂੰ ਸੱਟ ਲੱਗਣ ਦੀ ਸੰਭਾਵਨਾ ਹੁੰਦੀ ਹੈ ਤਾਂ ਭਾਰਤੀ ਕਾਨੂੰਨ ਇੰਡੀਅਨ ਪੀਨਲ ਕੋਡ ਦੀ ਧਾਰਾ 279 ਦੇ ਤਹਿਤ ਇਸ ਅਣਗਹਿਲੀ ਕਾਰਨ ਉਸ ਵਿਅਕਤੀ ਦੀ ਕਾਨੂੰਨੀ ਤੌਰ ਤੇ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਵੀ ਕੋਈ ਵਿਅਕਤੀ ਆਈਪੀਸੀ ਦੀ ਧਾਰਾ 279 ਦੇ ਤਹਿਤ ਜਨਤਕ ਰਸਤੇ ਤੇ ਤੇਜ਼ ਗੱਡੀ ਚਲਾਉਣ ਜਾਂ ਸਵਾਰੀ ਕਰਨ ਦਾ ਜੁਰਮ ਕਰਦਾ ਹੈ ਤਾਂ ਉਹ 6 ਮਹੀਨਿਆਂ ਦੀ ਕੈਦ ਜਾਂ 1000 ਰੁਪਏ ਤੱਕ ਦੇ ਜੁਰਮਾਨੇ ਜਾਂ ਦੋਵਾਂ ਲਈ ਜ਼ਿੰਮੇਵਾਰ ਹੋਵੇਗਾ। ਅਜਿਹੀ ਕੈਦ ਜਾਂ ਜੁਰਮਾਨਾ ਜੁਰਮ ਦੀ ਗੰਭੀਰਤਾ ਤੇ ਨਿਰਭਰ ਕਰਦੀ ਹੈ। ਹਾਲਾਂਕਿ ਆਈਪੀਸੀ ਦੀ ਧਾਰਾ 279 ਦੇ ਤਹਿਤ ਸਜ਼ਾਯੋਗ ਇਹ ਅਪਰਾਧ ਇੱਕ ਸਮਝੌਤਾਯੋਗ ਅਪਰਾਧ ਹੈ ਜਿੱਥੇ ਪੁਲਿਸ ਨੂੰ ਇਹ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਬਿਨਾਂ ਵਾਰੰਟ ਤੇ ਗ੍ਰਿਫਤਾਰ ਕਰਨ ਦਾ ਅਧਿਕਾਰ ਹੁੰਦਾ ਹੈ, ਪਰ ਅਜਿਹੇ ਅਪਰਾਧ ਜ਼ਮਾਨਤਯੋਗ ਜਾਂ ਬੇਲੇਬਲ ਹੁੰਦੇ ਹਨ ਅਤੇ ਇਸ ਸੰਬੰਧੀ ਮੁਕੱਦਮਾ ਇੱਕ ਮੈਜਿਸਟ੍ਰੇਟ ਦੁਆਰਾ ਚੱਲਦਾ ਹੈ ਜਿਸ ਕੋਲ ਉਸ ਖੇਤਰ ਦਾ ਅਧਿਕਾਰ ਹੁੰਦਾ ਹੈ ਜਿੱਥੇ ਅਜਿਹਾ ਅਪਰਾਧ ਕੀਤਾ ਗਿਆ ਹੋਵੇ। ਦੋਸਤੋ, ਇਸ ਵੀਡੀਓ ਨੂੰ ਬਣਾਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਕਿ ਕੋਈ ਵੀ ਵਿਅਕਤੀ ਜੋ ਕਿ ਕਿਸੇ ਵੀ ਤਰ੍ਹਾਂ ਦਾ ਵਹੀਕਲ ਰੈਸ਼ ਡਰਾਈਵਿੰਗ ਕਰਦਾ ਹੈ ਜਾਂ ਨੈਗਲੀਜੈਂਟਲੀ ਡਰਾਈਵ ਕਰਦਾ ਹੈ, ਬਹੁਤ ਹੀ ਜ਼ਿਆਦਾ ਹਾਈ ਸਪੀਡ ਤੇ ਡਰਾਈਵ ਕਰਦਾ ਹੈ, ਉਹ ਸ਼ਾਇਦ ਭਾਰਤੀ ਦੰਡਾਵਲੀ ਯਾਨੀ ਇੰਡੀਅਨ ਪੀਨਲ ਕੋਡ ਦੇ ਇਸ ਸੈਕਸ਼ਨ ਦੇ ਬਾਰੇ ਜਾਣ ਕੇ ਤੇਜ਼ ਡਰਾਈਵਿੰਗ ਜਾਂ ਨੈਗਲੀਜੈਂਟ ਲਾਪਰਵਾਹ ਹੋ ਕੇ ਡਰਾਈਵਿੰਗ ਕਰਨਾ ਬੰਦ ਕਰ ਦੇਣਗੇ। ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।